मॉर्निंग ऑफ वेरी वेरी गुड जी सारिआं नूं। बस उठ के उठ तां चलो करदे आ, आदत पै गई ना हुण भी साजरे उठ के मंडी जाण दी। फिर साजरे उठ उठ के नहा धो के अपना गुरु घर जाए तो बाद मंडी चल जाईदा ट्रैक्टर ले के। बस फिर उकना अज भी उठे साजरे ते अज सानू ब्याह है अज, उहदे करके अज उत्थे मंडी दा जा नहीं होना फिर, क्योंकि फिर ना तो बापू जी नू उत्थे छड्डण जोगे, फिर लेके भी आना हुंदे आ, बाकि टाइम तो लग जांदा हुंदा। फिर सोचा भी अज खड़ाए लिए, क्योंकि भाई अगे जिन्नियां भी आपां देर के आउंदे आ सारियां दा मुख चर आउंदा ए 19, 19, 20, 21 ਐਕਣਾ ਮੁੱਖ ਚ ਰਹਿੰਦਾ ਜਿਹੜੀ ਆਪਾਂ ਕੱਲ੍ਹ ਤੋਲੀ ਆ ਨਾ ਉੱਥੇ ਮੰਡੀ ਮੈਂ ਤੁਸੀਂ ਆਹ ਬਲੋਕ 'ਚ ਪਹਿਲਾਂ ਦੇਖਿਆ ਜਿਹੜੀ ਆਪਾਂ ਕੱਲ੍ਹ ਤੋਲੀ ਆ ਉਹਦਾ 15ਵਾਂ ਕੁਚਰ ਆਇਆ ਜਾਂਦੀ ਸਾਰ ਤੁਲ ਗਈ। ਦੇਖ ਲਓ ਵੀ ਮੈਂ ਟਰੈਕਟਰ ਖੜਾ ਕੇ ਖਾਲੀ ਸਾਲੇ ਨੂੰ ਤਾਰਨ ਨੂੰ ਪੱਖਾ ਲੱਗਣ ਨੂੰ ਬੜੀ ਟਰਾਲੀ ਆ ਪੱਖਾ ਲੱਗਣ ਨੂੰ ਟਾਈਮ ਲੱਗ ਜਾਂਦਾ, ਮੈਂ ਤਾਰ ਕੇ ਹਲੇ ਘਰ ਆਇਆ ਚਾਹ ਵੀ ਨਹੀਂ ਪੀਤੀ ਹਲੇ ਚਾਹ ਪੀਣ ਤੋਂ ਬਾਕੀ ਨਾ ਟਾਈਮ ਲੱਗਦਾ ਕਰਾਲੀ ਤੋਂ ਪਿੰਡੋਂ ਟਰੈਕਟਰ ਪਾ ਤੁਸੀਂ ਲਾ ਲਓ ਚਲੋ ਡੇਢ ਘੰਟਾ ਲਾ ਲਓ ਬਸ ਨਿਬੜ ਗਿਆ ਕੰਮ, ਜਾ ਕੇ ਬਾਪੂ ਨੂੰ ਲੈ ਕੇ ਹੀ ਆਏ ਹਾਂ ਤਾਂ ਵੀ ਅੱਜ ਫਿਰ ਖੜਾਏ ਲਈ ਟਰਾਲੀ, ਕਿਉਂਕਿ ਇਹ ਵੀ ਉਹਦੇ ਨਾਲ ਦੀ ਉਹ ਆ ਮੌਕਚਰੇ ਦਾ ਵੀ ਉਨਾ ਕੇ ਆਉਣਾ ਇਹ ਵੀ ਉਹਦੇ ਨਾਲ ਦੀ ਉਹ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਜੀ। ਫਿਰ ਮੈਂ ਕੱਲ੍ਹ ਬਾਪੂ ਜੀ ਨੂੰ ਲੈਣ ਚਲ ਗਿਆ ਸੀ ਸ਼ਾਮ ਨੂੰ, ਉਸ ਤੋਂ ਬਾਅਦ ਇੱਕ ਦੋ ਕੰਮ ਹੋਰ ਸੀ, ਇੱਕ ਹਾਂ ਮਤਲਬ ਇੱਕ ਦੋ ਕੰਮ ਹੋਰ ਸੀ, ਦੂਸਰਾ ਮਿਸਤਰੀਆਂ ਨੇ ਵੀ ਸਾਲਿਆਂ ਨੇ ਅੱਜ ਆਉਣਾ ਤਾ ਆ ਕੇ ਕਹਿੰਦੇ ਸਮਾਨ ਕੋਠੀ ਦਾ ਹੁਣ ਉਹ ਲੈਣ ਜਾ ਰਿਹਾ, ਦਾੜੀ ਕਟਾਉਣੀ ਆ, ਕੱਲ੍ਹ ਨਹੀਂ ਟਾਈਮ ਲੱਗਿਆ, ਕੱਲ੍ਹ ਕਰ ਜੇ ਕੱਲ੍ਹ ਨਾ ਗੇਰਦੇ ਸਾਲੀ ਜੀਰੀ ਖਰਾਬ ਹੁੰਦੀ ਸੀ, ਦੋ ਤਿੰਨ ਦਿਨ ਹੋ ਗਏ ਤਾਂ ਘਰਾਂ ਖੜ੍ਹੀ ਨੂੰ ਬਾਬੇ। ਉਹ ਬਸ ਜਦ ਕੰਮ ਜਾਣਾ ਹੁੰਦਾ ਨਾ ਕਿਤੇ ਫਿਰ ਤਾਂ ਇੰਨੇ ਕੰਮ ਬੰਦੇ ਨੂੰ ਪੈਂਦੇ ਆ, ਉਹ ਨਹੀਂ ਬੰਦਾ ਵਿਹਲਾ ਬੈਠਾ ਰਹਿੰਦਾ ਘਰ। ਹੁਣ ਜਾ ਰਿਹਾ ਬਟਾਲੀ ਨੂੰ ਸਮਾਨ ਲੈਣ, ਪਤਾ ਨਹੀਂ ਕੀ ਕੁਛ ਆ ਪੈਪ ਪੂਪ ਜੇ ਹੋਣੇ ਬਿਜਲੀ ਵਾਲੇ ਨੇ ਮੰਗਾਏ ਆ ਤਾਂ ਬਸ ਬਾਬੇ ਉਹ ਜ਼ਿੰਦਗੀ ਬੀਜ਼ੀ ਆ ਹੁਣ, ਆਹ ਮਹੀਨਾ ਤਾਂ ਪੂਰੀ ਬੀਜ਼ੀ ਜ਼ਿੰਦਗੀ, ਜੋ ਕੁਛ ਨਹੀਂ ਪਤਾ ਲੱਗ ਰਿਹਾ ਉਹਦੇ ਵੀ ਫੋਨ ਆ ਰਿਹਾ ਉੱਧਰ ਤੋਂ ਵੀ ਆ ਜਾ ਆ ਜਾ ਆ ਜਾ, ਰਾਤ ਨਹੀਂ ਆਇਆ, ਰਾਤ ਚੱਕਰ ਪੈ ਗਿਆ ਨਾ, ਰਾਤ ਜੀਰੀਓ ਬੜਾ ਹੋਈ ਆ ਮਿੱਤੇ ਉੱਧਰ ਭੱਜੋ ਬਾਈ ਜੀ ਭੱਜੋ ਭਜਾਈ ਬਹੁਤ ਆ। ਜਿਨ੍ਹਾਂ ਦੇ ਬਜ਼ੁਰਗ ਨਾ ਜਿਨ੍ਹਾਂ ਦੇ ਬਜ਼ੁਰਗ ਤਾਂ ਚਲਾਉਂਦੇ ਆ ਮੋਟਰਸਾਈਕਲ ਉਹਨਾਂ ਦਾ ਹਲੇ ਠੀਕ ਹੋ ਜਾਂਦਾ ਕੰਮ, ਕਿਉਂਕਿ ਫਿਰ ਉਹ ਇੱਕ ਜ਼ਿੰਮੇਵਾਰੀ ਜੀ ਬੰਦੇ ਦੇ ਸਿਰ ਪਰ ਨਹੀਂ ਰਹਿੰਦੀ ਵੀ ਜਾਣਾ ਪੈਣਾ ਲੈ ਕੇ ਆਉਣੇ ਪੈਣੇ ਆ ਜਾ ਕੇ, ਫਿਰ ਐਂ ਹੋ ਜਾਂਦਾ ਜੀ ਹੁਣ ਬਾਪੂ ਸਾਡੇ ਨੂੰ ਟਰੈਕਟਰ ਤਾਂ ਆਉਂਦਾ ਸੋਹਣਾ, ਮੋਟਰਸਾਈਕਲ ਨਹੀਂ ਆਉਂਦਾ ਨਾ ਆਉਂਦੀ ਆ ਗੱਡੀ, ਬਾਬਾ ਗੱਡੀ ਲਿਆ ਆ ਖਾਸ ਸਮਾਨ ਲੱਦਣਾ ਤਾਂ ਹੁਣ ਨਾ ਦਿੱਲੀ ਆਇਆ, ਦਿੱਲੀ ਮਿਲਾਉਂਦੇ ਤੁਹਾਨੂੰ ਦਿੱਲੀ ਕੌਣ, ਨਾ ਸਾਲਾ ਦਿੱਲੀ ਆਇਆ ਹਲੇ ਦੁਕਾਨ 'ਤੇ, ਗਾਲਾਂ ਹੀ ਪੈਣਗੀਆਂ ਜਿੱਦਾਂ ਘਰਦਿਆਂ ਦੇ ਮੈਨੂੰ ਪਤਾ, ਉਹਨਾਂ ਨੇ ਤਿਆਰ ਹੋ ਕੇ ਬਹਿ ਜਾਣਾ, ਉਹਨਾਂ ਨੇ ਕਹੀ ਜਾਣਾ ਚੱਲ 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 ਚੱਲ, ਇੰਨਾ ਟਾਈਮ ਲਾਤਾ। ਹਾਂ ਹੁਣ ਜੀ ਬਡਾਲੀ ਨੂੰ ਜਾ ਰਹੇ ਹਾਂ, ਬਸ ਪਹੁੰਚ ਗਏ ਬਡਾਲੀ, 500 ਮੀਟਰ ਅੱਧਾ ਕਿਲੋ 500 ਮੀਟਰ ਹਾਂ 500 ਮੀਟਰ 'ਤੇ ਬਡਾਲੀ ਆ, ਬਸ ਹੁਣ ਪਹੁੰਚ ਜਾਣਾ ਆਪਾਂ ਨੇ, ਤੁਹਾਨੂੰ ਗਾਹਾਂ ਮਿਲਾਉਂਦੇ ਹਾਂ, ਬੰਦਾ ਬਹੁਤ ਘੈਂਟ ਬੰਦਾ ਕੰਮ ਸੋਹਣਾ ਚੱਲਦਾ ਇਹਨਾਂ ਦਾ ਵੀ। ਬਡਾਲੀ ਵੀ ਬਾਈ ਡਿਵੈਲਪ ਹੋ ਗਿਆ ਪੂਰਾ ਫੁੱਲ, ਫੈਕਟਰੀਆਂ ਬਣ ਗਈਆਂ, ਇੱਕੋ ਕਹਿੰਦੇ ਸੁਣਿਆ ਵੀ ਮੌਲ ਬਣ ਰਿਹਾ, ਲਾਗ ਲੱਛਣ ਜੇ ਤਾਂ ਮੌਲ ਵਾਲੇ ਹੋ ਉਹਦੇ, ਪਰ ਬਾਈ ਜੇ ਬਣ ਗਿਆ ਸਵਾਦ ਆਜੂ ਉਰੇ ਚੱਲੂਗਾ, ਮੇਰਾ ਤਾਂ ਸਾਹਿਬ ਬਾਈ ਇਹੀ ਕਹਿੰਦਾ ਵੀ ਉਰੇ ਚੱਲੂਗਾ, ਕਿਉਂਕਿ ਉਰੇ ਮਿੱਤਰੋ ਉਰੇ ਗੱਲ ਹੈਗੀ ਹੈ ਇਹ ਵੀ ਪਿੰਡ ਵਾਲੇ ਪਿੰਡ ਬਹੁਤ ਪੈਂਦੇ ਬਟਾਲੀ ਨੂੰ, ਹੁਣ ਕੱਪੜੇ ਅਗਲਾ ਉਹ ਵੀ ਤਾਂ ਲੈਂਦਾ ਹੀ ਆ ਦੁਕਾਨਾਂ 'ਚੋਂ, ਅਗਲਾ ਉਰੇ ਲੈ ਲੈਂਦਾ, ਉਹੀ ਅੱਜ ਬਸ ਮੌਲ ਦਾ ਇੱਕ ਗੱਲ ਬਾਈ ਪਤਾ ਨਹੀਂ ਮੈਨੂੰ ਇਹ ਲੱਗਦਾ ਜਾਂ ਮੈਂ ਤਾਂ ਤਜਰਬਾ ਕਰਿਆ ਤੁਸੀਂ ਵੀ ਕਰਕੇ ਦੇਖਿਓ, ਜਿੰਨਾ ਮੌਲ ਬੜੇ ਸ਼ਹਿਰ 'ਚ ਹੋਊਗਾ ਬੜੀ ਸਿਟੀ 'ਚ ਹੋਊਗਾ ਉੱਥੇ ਸਮਾਨ ਵੀ ਉਨਾ ਹੀ ਮਹਿੰਗਾ ਹੋਊਗਾ। ਸਰਹੰਦ ਖੁੱਲ੍ਹਿਆ ਮਿੱਤਰੋ ਉਹ ਓਕਟੀ ਵਾਲਿਆਂ ਦੇ ਓਕਟੀਵੇ ਹੈ ਉਹ ਪਤਾ ਨਹੀਂ ਕਿਹੜੇ ਆ ਉਹਨਾਂ ਦਾ ਸ਼ੋਰੂਮ, ਸਾਲਾ ਉਹਨਾਂ ਦੇ ਸ਼ੋਰੂਮ ਖੋਲ੍ਹਣ ਕਰਕੇ ਨਾ ਵੀਰੇ ਕਰਿਓ ਮਾੜੇ ਜਿਹੇ, ਉਹਨਾਂ ਦਾ ਸ਼ੋਰੂਮ ਖੋਲ੍ਹਣ ਕਰਕੇ ਉੱਥੇ ਸਮਾਨ ਬੜਾ ਸਸਤਾ, ਸਾਲੇ 35-36% ਔਫ ਤਾਂ ਉੱਥੇ 24 ਘੰਟੇ ਉਹ ਰਹਿੰਦੀ ਆ ਜੋ ਮਰਜ਼ੀ ਕਰ ਲਓ। ਲਓ ਜੀ ਆਪਾਂ ਪਹੁੰਚ ਗਏ, ਤੁਹਾਨੂੰ ਮੈਂ ਮਿਲਾਉਂਦਾ ਉਹਨਾਂ ਨਾਲ, ਚਲੋ ਜੀ ਹੁਣ ਆਪਾਂ ਚੱਲਦੇ ਹਾਂ ਬਾਹਰ,
चलो चलिए पहुंच गए आप भाई होना के समान ही समान पे मंडे हो रहे बुलाने थोनू बाई नाल भी साडा वीर जिवें वीरे समान ले रहे हैं ना तो आप ब्लॉगिंग स्टार्ट करी आप नवी नवी तो बुले बुले समान ही समान पे किन्ना टाइम लगू सोने बखरा को माड़ा जहा काम यार दुकान इन्हना बडाली उरे मोड़ती किसी ने समान लेना हो जरूर आयो समान की गरंटी है पूरी क्यों बाबे फुल गरंटी है बाल्टियां क्या पखे क्या मोटर क्या सब कुछ ए टू जेड अलम गलम बलम बुलम मेखा तो लेके ला मेखा तो सब कुछ बंद अपनी आड़ी बहुत मोटर जी बनाई आना तो समान गया भगनोर आली मोटर जी पिंड को बनाई आ मैं क्या बंद काम की गरंटी है इन्हों की फुल गरंटी क्यों बाबे फुल गरंटी बाकी माड़ा जहा समान ले लिए आप बस समान जहा ले लिए फिर फिर बाकी करते हैं कंटिन्यू सारा कुछ हले साले दिल्ली तो जाना दिल्ली नहीं कोई चौदह हले आया फोन करूँगा कहना मैं पहुँच गए वो पुलां पर और खास ही दूर आओगी हले नवी नवी शर्म जी आँदी साली ब्लॉगिंग करके ना दुकान के पिंड मोटर मोटर से तो बना ली दा सारा कुछ उरे शर्म आँदी है बहुत दुकाना के जब कोई बोल बोलन लग जाता ना फिर बंदे का ध्यान उधर हो जाता है फिर शर्म आँदी है साली बहुत चलो कर दें गल आप बाद चो समान ले लीजिए।